The UK government and intelligence agencies need to work with their partners in the Five Eyes nations and other Western countries to confront the threat of transnational repression and political interference by Indian government that is targeting its opponents in the diaspora. Transnational repression by Indian government targeting Sikh organization and activists in the UK is nothing new and has been taking place for at least 40 years. The nature and scale of repression permitted or supported by UK government to silence Sikh dissent from the UK has been relentless but has received greater public exposure in the last 12 months with the assassinations and plots to kill Sikh activists in US, UK and Canada. ਗਿਜੋਲ ਦਾ ਮੁੱਦਾ ਉਹਦੀ ਰਿਲੀਜ਼ ਦੇ ਲਈ ਔਰ TNR ਦੇ ਵਿੱਚ ਬ੍ਰਿਟੇਨ ਦਾ ਕੀ ਰੋਲ ਹੈ ਔਰ ਮੈਂ ਸਮਝਦਾ ਵੀ ਅਵਤਾਰ ਸਿੰਘ ਖੰਡੇ ਦਾ ਕੇਸ ਜਿਹਦੀ ਨਾ ਆਟੋਪਸੀ ਹੋਈ ਨਾ ਉੱਥੋਂ ਉਹਨਾਂ ਦੀ ਮਾਂ ਔਰ ਭੈਣ ਨੂੰ ਵੀਜ਼ਾ ਦਿੱਤਾ ਨਾ ਇੱਥੋਂ ਡੈੱਡ ਬੋਡੀ ਜਾਣ ਦਿੱਤੀ ਗਈ ਔਰ ਇਹ ਰਿਸ਼ੀ ਸੁਨਕ ਦੇ ਪੀਰੀਅਡ ਦੇ ਵਿੱਚ ਇਹ ਵੱਡੇ ਸਕੈਂਡਲ ਨਿਕਲਣਗੇ। ਤੁਸੀਂ ਹੁਣ ਦੀਆਂ ਚੋਣਾਂ 'ਚ ਵੀ UK 'ਚ ਦੇਖੋਗੇ ਕਿ ਇੰਡੀਅਨ ਸਿਸਟਮ ਕਿਵੇਂ ਜਿਹੜਾ ਉਹ ਬਿਹਾਈਂਡ ਖਲੋਤਾ ਈਵਨ ਜੇ ਇੱਥੇ ਜਗਮੀਤ ਸਿੰਘ ਔਰ ਦੂਸਰਿਆਂ ਨੂੰ ਹਰਾਉਣ ਲਈ ਪੂਰਾ ਇੰਡੀਅਨ ਐਮਬੈਸੀਜ਼ ਜਾਂ ਇਹਨਾਂ ਦੇ ਦੁਰਛਲਿਆਂ ਦਾ ਜ਼ੋਰ ਲੱਗਾ ਉੱਥੇ ਵੀ ਤਨ ਮਨਜੀਤ ਸਿੰਘ ਢੇਸੀ ਔਰ ਪ੍ਰੀਤ ਕੌਰ ਗਿੱਲ ਉਹਨਾਂ ਨੂੰ ਡਿਫੀਟ ਕਰਨ ਲਈ ਇਹਦੇ ਬਾਵਜੂਦ 9 ਸਿੱਖ MP ਉਹ 2 ਵੀ ਜਿੱਤੇ ਤੀਸਰੀ ਵਾਰ ਜਿੱਤੇ ਨੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ UK ਦੇ ਹਵਾਲੇ ਨਾਲ ਕਿ UK ਵਿੱਚ ਲੇਬਰ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ ਔਰ ਪਿਛਲੀ ਰਿਸ਼ੀ ਸੁਨਕ ਦੀ ਸਰਕਾਰ ਨੇ ਸ਼ਰੇਆਮ ਸਿੱਖ ਵਿਰੋਧੀ ਲਾਈਨ ਲਈ ਸੀ, ਨਾ ਹੀ ਜੱਗੀ ਜੋਲ ਦੀ ਰਿਹਾਈ ਲਈ ਕੋਈ ਕਦਮ ਚੁੱਕਿਆ ਗਿਆ ਸੀ ਅਤੇ ਨਾ ਹੀ ਭਾਰਤ ਨੂੰ ਟਰਾਂਸਨੈਸ਼ਨਲ ਪ੍ਰੈਸ਼ਰ ਲਈ ਜ਼ਿੰਮੇਵਾਰ ਦੱਸਿਆ ਗਿਆ ਸੀ। ਸੋ ਯਾਦ ਰਹੇ UK 5 Eyes ਕੰਟਰੀ ਵਿੱਚੋਂ ਇੱਕ ਹੈ ਜਿਹੜੇ ਮੁਲਕ ਆਪਸ ਵਿੱਚ ਇੰਟੈਲੀਜੈਂਸ ਸ਼ੇਅਰਿੰਗ ਕਰਦੇ ਹਨ। ਸੋ ਹੁਣ ਸਿੱਖ ਜਥੇਬੰਦੀਆਂ ਨੂੰ ਲੇਬਰ ਪਾਰਟੀ ਸਰਕਾਰ 'ਤੇ ਲੋੜੀਂਦਾ ਜਿਹੜਾ ਦਬਾਅ ਬਣਾਉਣਾ ਚਾਹੀਦਾ ਤਾਂ ਕਿ ਅਸੀਂ ਮਾਣ ਕਰ ਸਕਾਂਗੇ ਕਿ UK ਵਿੱਚ ਨਵੀਂ ਬਣੀ ਪਾਰਲੀਮੈਂਟ ਵਿੱਚ 9 ਸਿੱਖ MP ਬਣੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਆਉਣ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਬਾਰੇ? ਦੇਖੋ, ਬ੍ਰਿਟਿਸ਼ ਹਾਊਸ ਆਫ ਕਾਮਨਸ ਦੀ ਦੇ ਲਈ ਜਿਹੜੇ MP ਚੁਣੇ ਗਏ, ਅਸੀਂ ਪਿਛਲੇ ਵੀਕ ਦੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਵੀ ਕਿਵੇਂ ਫੌਰਨ ਇਸ ਦੇ ਉੱਤੇ ਜਿਹੜੀ ਆ ਹਾਲ ਦੁਆਈ, ਕਿਉਂਕਿ 9 ਸਿੱਖ ਮੈਂਬਰ ਪਾਰਲੀਮੈਂਟ ਬਣੇ, ਉਸ ਦੇ ਉੱਤੇ ਇਕਨੋਮਿਕ ਟਾਈਮਸ ਨੇ ਔਰ ਇੰਡੀਅਨ ਬਲੂਮਬਰਗ ਵਰਗੀ ਇੱਕ ਪਬਲੀਕੇਸ਼ਨ ਨੇ ਰੌਲਾ ਪਾਤਾ ਕਿ ਕਿਵੇਂ ਖਾਲਿਸਤਾਨੀ ਜਿਹੜੇ ਨੇ ਉਹ ਮੈਨੀਪੁਲੇਟ ਕਰ ਰਹੇ ਨੇ ਲਾਅ ਮੇਕਰਸ ਨੂੰ, ਖਬਰਦਾਰ ਹੋਸ਼ਿਆਰ ਇੱਧਰ ਉੱਧਰ, ਕਿਉਂਕਿ ਉਹਨਾਂ ਨੂੰ ਇਹ ਔਰ ਕਿਉਂਕਿ ਲੇਬਰ ਪਾਰਟੀ ਦੀ ਕੀ ਲਾਈਨ ਹੋਏਗੀ, ਮਿਸਟਰ ਕਾਇਰ ਸਟਾਰਮਰ ਖਾਲਿਸਤਾਨ ਲਈ ਕੀ ਲਾਈਨ ਲਏਗਾ, ਕਸ਼ਮੀਰ ਲਈ ਕੀ ਲਏਗਾ, ਇਸ ਕਿਸਮ ਦੀਆਂ ਕਿਆ ਸਰਾਈਆਂ ਵੀ ਔਰ ਮਿਸਇਨਫੋਰਮੇਸ਼ਨ ਵੀ ਔਰ ਸਾਰਾ। ਚਲੋ ਘੱਟੋ ਘੱਟ ਉੱਥੇ ਬੈਠੇ ਪੰਜਾਬ ਵਾਲਿਆਂ ਦੀ ਵੀ ਇੰਨੀ ਕੁ ਦਿਲਚਸਪੀ ਤਾਂ ਹੁਣ ਹੈ ਕਿ ਜਦੋਂ ਮੈਂ ਇਹ ਖਬਰ ਵੀ ਦੇਖੀ ਕਿ ਅਕਾਲ ਤਖ਼ਤ SGPC ਹੇਲ ਇਲੈਕਸ਼ਨ ਆਫ ਬ੍ਰਿਟਿਸ਼ ਸਿੱਖ MPs, ਕਿ ਵੀ ਅਕਾਲ ਤਖ਼ਤ ਸਾਹਿਬ ਨੇ ਵੀ ਔਰ SGPC ਨੇ ਵੀ ਜਿਹੜੇ 9 ਸਿੱਖ ਚੁਣੇ ਗਏ ਨੇ ਜਿਨ੍ਹਾਂ 'ਚ 5 ਬੀਬੀਆਂ ਨੇ, 4 ਸਿੰਘ ਨੇ ਦਸਤਾਰ ਵਾਲੇ, ਉਸ ਦੀ ਐਪਰੀਸ਼ੀਏਸ਼ਨ ਕੀਤੀ ਹੈ। ਔਰ ਇਹ ਜਿਹੜਾ ਗਿਆਨੀ ਰਘਵੀਰ ਸਿੰਘ ਅਕਾਲ ਤਖ਼ਤ ਜਥੇਦਾਰ ਨੇ ਕਿਹਾ ਕਿ ਵੀ ਇਹ ਸਿੱਖਾਂ ਦੀ ਬਹੁਤ ਵੱਡੀ ਪ੍ਰਾਪਤੀ ਹੈ, ਔਰ ਇਸੇ ਤਰ੍ਹਾਂ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਵੀ ਇੱਕ ਮੁਬਾਰਕਬਾਦ ਦਿੱਤੀ ਆ ਔਰ ਉਹਨਾਂ ਨੇ ਕਿਹਾ ਕਿ ਵੀ
ਇਹ ਸਿੱਖਾਂ ਨੇ ਆਪਣੀ ਮਿਹਨਤ ਔਰ ਆਪਣੇ ਬਾਹੂਬਲ ਦੇ ਉੱਤੇ ਆਪਣੀ ਥਾਂ ਬਣਾਈ ਹੈ ਉਹਨਾਂ ਦੇ ਵਿੱਚ। ਹਾਲਾਂ ਇਸ ਦੇ ਉੱਤੇ ਸੁਖਬੀਰ ਬਾਦਲ ਦੀ ਟਿੱਪਣੀ ਮੈਨੂੰ ਥੋੜ੍ਹੀ ਜਿਹੀ ਮਜ਼ਾਇਆ ਲੱਗੀ। ਸੁਖਬੀਰ ਬਾਦਲ ਅਰਜਿਸ UK ਸਿੱਖ MPs ਟੂ ਵਰਕ ਫਾਰ ਕਮਿਊਨਿਟੀ। ਇਹ ਸਿੱਖ MPਆਂ ਨੂੰ ਸੁਖਬੀਰ ਬਾਦਲ ਕਹਿ ਰਿਹਾ ਜਿਹੜਾ ਸਭ ਤੋਂ ਨਿਕੰਮਾ ਝੂਠਾ ਔਰ ਜਿਹਨੇ ਬੇੜਾ ਗਰਕ ਕੀਤਾ ਹੈ ਸਾਰੇ ਦਾ, ਉਹ ਉਹਨਾਂ ਨੂੰ ਕਹਿ ਰਿਹਾ ਦੇਖੋ ਹੁਣ ਤੁਸੀਂ ਸਿੱਖ ਕੌਮ ਲਈ ਕੰਮ ਕਰਨਾ ਹੈ ਵੀ ਹਾਂ ਵੀ ਅਸੀਂ ਤਾਂ ਬਹੁਤ ਕਰ ਲਿਆ ਹੁਣ ਹੁਣ ਤੁਸੀਂ ਕਰਨਾ। ਪਰ ਇਹ ਚਲੋ ਆਪਣੀ ਥਾਂ 'ਤੇ ਮੈਨੂੰ ਇਹ ਲੱਗਾ ਕਿ ਵੀ ਐਟਲੀਸਟ ਇਹ ਗੱਲ, ਇਹ ਜਦੋਂ ਖਬਰਾਂ ਪੰਜਾਬ 'ਚ ਵੀ ਪਹੁੰਚਦੀਆਂ ਨੇ ਇਹ ਹੌਸਲਾ ਦਿੰਦੀਆਂ ਨੇ ਆਮ ਜਿਹੜੇ ਸਿੱਖ ਜਾਂ ਦੂਜੇ ਨੇ, ਕਿਉਂਕਿ ਹੁੰਦਾ ਕਿ ਵੀ ਜਦੋਂ ਹੁਣ ਇਹ ਹੁੰਦਾ ਸੀ ਕਿ ਵੀ ਬੀਬੀ ਨੂੰ ਆਪਣੇ ਪੇਕੇ 'ਤੇ ਮਾਣ ਹੁੰਦਾ ਸੀ ਕਿ ਵੀ ਉਹ ਸਹੁਰਿਆਂ 'ਚ ਵੀ ਸ਼ਾਨ ਨਾਲ ਰਹਿੰਦੀ ਸੀ ਕਿ ਵੀ ਪਤਾ ਫਿਰ ਮੇਰੇ ਭਰਾ ਕਿੰਨੇ ਨੇ, ਮਤਲਬ ਉਹ ਇਹ ਨਹੀਂ ਵੀ ਜ਼ਰੂਰੀ ਕੋਈ ਭਰਾਵਾਂ ਨੂੰ ਸੱਦ ਕੇ ਕਟਾਇਆ ਹੀ ਹੁੰਦਾ ਸੀ, ਪਰ ਇੱਕ ਬੈਕ ਤਾਂ ਹੁੰਦੀ ਸੀ। ਸੋ ਉੱਥੇ ਹਾਲ ਇਹ ਹੈ ਵੀ ਕਿਉਂਕਿ ਸਿੱਖ ਆਪਣੇ ਆਪ ਨੂੰ ਬਿਲਕੁਲ ਬੇਸਹਾਰਾ ਸਮਝਦੇ ਨੇ ਸਰਕਾਰ ਦਾ ਜ਼ੁਲਮ ਕਾਨੂੰਨ, ਤੁਸੀਂ ਮੂੰਹ ਖੋਲਿਆ ਨਹੀਂ ਤਾਂ ਉਹਨਾਂ ਨੇ ਯੁਆਪਾ ਨਹੀਂ ਲਾਇਆ ਦੂਜੇ, ਅਤੇ ਜਦੋਂ ਬਾਹਰਲੇ ਸਿੱਖ ਉਹ ਕੈਨੇਡਾ 'ਚ ਹੋਣ, ਅਮਰੀਕਾ 'ਚ ਹੋਣ ਜਾਂ UK 'ਚ ਨੌ ਸਿੱਖ MP ਬਣਦੇ ਨੇ ਔਰ ਉਹਨਾਂ ਨੂੰ ਫਿਰ ਹੁੰਦਾ ਕਿ ਜੀ ਸਾਡੇ ਭਰਾ ਬੈਠੇ ਨੇ ਮੁਸੀਬਤ ਵੇਲੇ ਸਾਡੇ ਨਾਲ ਆ ਕੇ ਖਲੋਣਗੇ, ਜਿਹੜੀ ਇੱਕ ਪੋਜ਼ਿਟਿਵਿਟੀ ਹੈ ਇਹੀ ਸਾਡੇ ਔਰ ਅਸੀਂ ਵੀ ਸਾਡੇ ਇੱਥੇ ਠੀਕ ਹੈ ਅਸੀਂ ਜਿੰਨਾ ਮਰਜ਼ੀ ਪ੍ਰੋਸਪਰ ਕਰੀਏ, ਜਿਵੇਂ ਸਾਡੇ ਇੱਕ ਵੀਰ ਨੇ ਪਿਛਲੇ ਦਿਨਾਂ 'ਚ ਕਿਹਾ ਸੀ ਕਿ ਇੱਥੇ ਅਸੀਂ ਅਨੰਦਪੁਰ ਤਾਂ ਨਹੀਂ ਬਣਾ ਸਕਦੇ, ਇੱਥੇ ਮਾਛੀਵਾੜਾ ਨਹੀਂ ਲਿਆ ਸਕਦੇ, ਇੱਥੇ ਚਮਕੌਰ ਦੀ ਗੜੀ ਨਹੀਂ ਲਿਆ ਸਕਦੇ, ਇੱਥੇ ਅਸੀਂ ਜਿਹੜਾ ਉਹ ਧਰਤੀ ਦੇ ਉੱਤੇ ਜਿਹੜੀ ਚਰਨ ਛੋਹ ਹੈ ਸਾਡਾ ਹੋਮਲੈਂਡ ਤਾਂ ਉਹੀ ਹੈ, ਅਲਟੀਮੇਟਲੀ ਉਸੇ ਨਾਲ ਹੀ ਅਸੀਂ ਜਿਹੜਾ ਉਹ ਜੁੜਨਾ, ਉਸੇ ਧਰਤੀ ਦੇ ਨਾਲ ਲਈ ਅਸੀਂ ਜਿਹੜਾ ਉਹ ਕੁਰਬਾਨ ਹੋਣਾ ਅਲਟੀਮੇਟਲੀ ਜਦੋਂ ਵਕਤ ਇਸ ਕਿਸਮ ਦਾ ਵੀ ਆਏਗਾ। ਹੁਣ ਇਸ ਸਭ ਦੇ ਚੱਲਦਿਆਂ ਜ਼ਾਹਰ ਹੈ ਕਿ ਵੀ ਜੇ ਦੁਸ਼ਮਣ ਦੇ ਖੈਮੇ ਦੇ ਵਿੱਚ ਉਹਨਾਂ ਨੂੰ ਇਹ ਹੈ ਕਿ ਜੀ ਇਹ ਮਿਸਟਰ ਸਟਾਰਮਰ ਕੀ ਕਰੇਗਾ, ਦੂਜਾ ਤਾਂ ਅਸੀਂ ਵੀ ਐਕਸਪੈਕਟ ਤਾਂ ਕਰੀਏ ਕਿ ਵੀ ਚਲੋ ਨੌ ਸਿੱਖ MP ਨੇ ਔਰ ਆਲਰੇਡੀ ਬਹੁਤ ਕੁਛ ਪੈਂਡਿੰਗ ਹੈ, ਜੱਗੀ ਜੌਲ ਦਾ ਮਾਮਲਾ 5 ਸਾਲ ਤੋਂ ਜ਼ਿਆਦਾ ਕਿਵੇਂ, ਕੋਈ ਚਾਰਜ ਨਹੀਂ, ਕੋਈ ਟ੍ਰਾਇਲ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਔਰ ਬ੍ਰਿਟਿਸ਼ ਸਿਟੀਜ਼ਨ ਜਿਸ ਜਿਹੜਾ ਰੁਲ ਰਿਹਾ ਉਹਨਾਂ ਦੀਆਂ ਜੇਲ੍ਹਾਂ 'ਚ ਔਰ ਸਕਸੈਸਿਵ ਹਕੂਮਤਾਂ ਬੋਰਿਸ ਜੌਨਸਨ ਦੀਆਂ, ਡੇਵਿਡ ਕੈਮਰੋਨ ਦੀਆਂ, ਵਿੱਚੋਂ ਇੱਕ ਲੀਜ਼ਾ ਕਿ ਕੌਣ ਕੁਛ ਹਫ਼ਤਿਆਂ ਲਈ ਆਈ, ਕਿਸੇ ਨੂੰ ਕੋਈ ਪਰਵਾਹ ਨਹੀਂ। ਔਰ ਇਹਦੇ ਨਾਲ ਵਰਸਟ ਪਾਰਟ ਕਿ ਜਦੋਂ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦੇ ਹਾਂ ਔਰ 5 ਆਈਜ ਕੰਟਰੀ ਦੀ ਇੰਟੈਲੀਜੈਂਸ ਸ਼ੇਅਰਿੰਗ ਦੀ ਗੱਲ ਕਰਦੇ ਹਾਂ, 1945 ਤੋਂ ਜਿਹੜੀਆਂ ਇਹ 5 ਆਈਜ ਕੰਟਰੀਜ ਦਾ ਇੰਟੈਲੀਜੈਂਸ ਸ਼ੇਅਰਿੰਗ ਜਿਹੜਾ ਉਹ ਸਮਝੌਤਾ ਹੈਗਾ 5 ਮੁਲਕ, ਪਰ ਇਹਦੇ 'ਚ ਸਾਨੂੰ ਅਮਰੀਕਾ ਦੀ, ਕੈਨੇਡਾ ਤਾਂ ਇੱਕ ਕਦਮ ਅੱਗੇ ਜਾ ਕੇ ਸਿੱਧੇ ਤੌਰ 'ਤੇ ਜਸਟਿਨ ਟਰੂਡੋ ਨੇ ਜਿਹੜਾ ਇੰਡੀਆ ਨੂੰ ਦੋਸ਼ੀ ਦੱਸਿਆ, ਅਮਰੀਕਾ ਐਟਲੀਸਟ ਥਰੂ ਇਟਸ ਲਾ ਐਨਫੋਰਸਮੈਂਟ ਏਜੰਸੀ ਸ਼ੋਅ ਕਰ ਰਿਹਾ, ਆਸਟ੍ਰੇਲੀਆ ਜਿਸ ਦੇ ਉੱਤੇ ਫਿਰ ABC ਔਰ ਦੂਜਿਆਂ ਨੇ ਡਾਕੂਮੈਂਟਰੀਜ਼ ਵੀ ਨੈਸਟ ਆਫ ਸਪਾਈਜ਼ ਕੱਢੇ, ਹਾਲਾਂ ਉੱਥੇ ਵੀ ਜਿਹੜਾ ਉਹਨਾਂ ਦਾ ਐਲਬਨੀ ਹੈ ਉਹਨੇ ਬਹੁਤ ਕਮਜ਼ੋਰ ਲਾਈਨ ਰੱਖੀ, ਪਰ ਫਿਰ ਵੀ ਕਿਤੇ ਨਾ ਕਿਤੇ ਆਸਟ੍ਰੇਲੀਆ 'ਚ ਉਹਨਾਂ ਦੀਆਂ ਏਜੰਸੀਆਂ ਨੇ ਸਿੱਖ ਜਥੇਬੰਦੀਆਂ ਦੇ ਨਾਲ ਰਾਬਤਾ ਕੀਤਾ, ਮੀਟਿੰਗਸ ਹੋਈਆਂ, ਕੁਛ ਫੈਡਰਲ ਲੈਵਲ 'ਤੇ ਨੇ, ਕੁਛ ਇਨ ਪਬਲਿਕ ਵਿਊ ਨੇ, ਕੁਛ ਨਹੀਂ ਨੇ। ਲੇਕਿਨ UK ਦੇ ਵਿੱਚ ਤਾਂ ਇਹਨੇ ਰਿਸ਼ੀ ਸੁਨਕ ਦੀ ਹਕੂਮਤ ਨੇ ਟੋਟਲੀ ਨਾ ਸਿਰਫ ਇਹ ਸਾਰੇ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਇਗਨੋਰ ਕੀਤਾ, 5 ਆਈਜ਼ ਕੰਟਰੀਜ਼ ਦੀ ਇੰਟੈਲੀਜੈਂਸ ਹੋਣ ਦੇ ਬਾਵਜੂਦ ਕੋਈ ਸਿੱਖਾਂ ਨੂੰ ਤਹਾਫੁਜ਼ ਕੀ ਦੇਣਾ ਸੀ। ਇਹਨਾਂ ਦਾ ਮਿਨਿਸਟਰ ਤਾਂ ਉੱਥੇ ਜਾ ਕੇ, ਦਿੱਲੀ ਜਾ ਕੇ ਕਹਿੰਦਾ ਜੀ ਅਸੀਂ 1 ਲੱਖ ਪਾਉਂਡ ਰੱਖ ਰਹੇ ਹਾਂ ਜਿਹੜੇ ਸ਼ਨਾਖਤ ਕਰਾਂਗੇ ਜਿਹੜੇ ਸੈਸ਼ਨਿਸਟ ਐਲੀਮੈਂਟ ਨੇ।
ਆ ਕੇ ਇੰਡੀਆ ਦੀ ਉਹ ਦਿਨਕਰ ਗੁਪਤੇ ਦੀ ਟੀਮ NIA ਦੀ ਉਹ ਸ਼ਨਾਖਤ ਕਰ ਰਹੀ ਹੈ ਜੀ, ਇਹਨਾਂ ਦੇ ਝੰਡਾ ਕਿਹਨੇ ਲਾਇਆ ਸੀ ਕੌਂਸਲੇਟ ਤੋਂ, ਅਤੇ ਆਪਣਾ ਕਿਹਨੇ ਚਾੜਿਆ ਸੀ, ਉਹਨਾਂ ਦੇ ਨਾਲ ਕੋਆਪਰੇਟ ਕਰ ਰਹੇ ਨੇ। ਹੁਣ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਅੱਜ ਹੀ ਇਹਨਾਂ ਦਾ UK ਸਿੱਖ ਫੈਡਰੇਸ਼ਨ ਦਾ ਟਵੀਟ ਵੀ ਸੀ, ਔਰ ਇਸ ਦੇ ਉੱਤੇ ਅਸੀਂ ਵੀ ਸਮਝਦੇ ਹਾਂ ਵੀ ਜਿੱਥੇ ਹੁਣ ਨਵੀਂ ਸਰਕਾਰ ਜਿਹਨਾਂ ਨੇ ਆਪਣੇ ਲਾਸਟ ਇਲੈਕਸ਼ਨ ਮੈਨੀਫੈਸਟੋ 'ਚ June 1984 'ਚ ਮਾਰਗਰੇਟ ਥੈਚਰ ਦੀ ਸਰਕਾਰ ਦਾ ਕੀ ਰੋਲ ਰਿਹਾ ਘੱਲੂਘਾਰਾ 84 ਵੇਲੇ, ਔਰ ਦੂਸਰਿਆਂ ਦੇ ਉੱਤੇ ਇੰਡੀਪੈਂਡੈਂਟ ਕਮਿਸ਼ਨ ਬਣਾਉਣ ਦੀ ਗੱਲ ਕੀਤੀ ਹੋਈ ਹੈ, ਉਹਦੇ 'ਚ ਜਿਵੇਂ ਇਸ ਟਵੀਟ ਦਾ ਹੀ ਹਿੱਸਾ ਹੈ ਕਿ ਦਾ UK ਗੌਰਮੈਂਟ ਇੰਟੈਲੀਜੈਂਸ ਏਜੰਸੀਜ ਨੀਡ ਟੂ ਵਰਕ ਵਿਦ ਦੇਅਰ ਪਾਰਟਨਰਸ ਇਨ ਦਾ 5 Eyes ਨੇਸ਼ਨਸ ਐਂਡ ਅਦਰ ਵੈਸਟਰਨ ਕੰਟਰੀਜ਼ ਟੂ ਕਨਫਰੰਟ ਦਾ ਥਰੈਟ ਆਫ ਟਰਾਂਸਨੈਸ਼ਨਲ ਰਿਪਰੈਸ਼ਨ ਐਂਡ ਪੋਲੀਟੀਕਲ ਇੰਟਰਫੇਰੈਂਸ ਬਾਈ ਇੰਡੀਅਨ ਗੌਰਮੈਂਟ ਦੈਟ ਇਜ਼ ਟਾਰਗੈਟਿੰਗ ਇਟਸ ਓਪੋਨੈਂਟਸ ਇਨ ਦਾ ਡਾਇਸਪੋਰਾ। ਕਿ ਵੀ ਹੁਣ ਵਕਤ ਆਇਆ ਕਿ ਹਕੂਮਤ ਜਿਹੜੀ ਨਵੀਂ ਬਣੀ ਹੈ ਉਹ ਇੰਟੈਲੀਜੈਂਸ ਏਜੰਸੀਆਂ ਵੀ ਔਰ ਹਕੂਮਤ ਵੀ ਆਪਣੇ ਪਾਰਟਨਰਸ ਦੇ ਨਾਲ ਜਿਹੜੇ 5 Eyes ਕੰਟਰੀਜ਼ ਦੇ ਨੇ ਉਹਦੇ 'ਚ ਰਲ ਕੇ ਕੰਮ ਕਰੇਗੀ ਇਹ TNR ਟਰਾਂਸਨੈਸ਼ਨਲ ਰਿਪਰੈਸ਼ਨ ਦੇ ਖਤਰੇ ਨੂੰ ਵੀ, ਔਰ ਸਿਆਸੀ ਦਖਲ ਅੰਦਾਜ਼ੀ ਜਿਹੜੀ ਇੰਡੀਅਨ ਗੌਰਮੈਂਟ ਕਰ ਰਹੀ ਹੈ। ਜੇ ਕੈਨੇਡਾ 'ਚ ਇਨਵੈਸਟੀਗੇਸ਼ਨ ਕਿ 2019-2021 ਦੀਆਂ ਫੈਡਰਲ ਚੋਣਾਂ 'ਚ ਕੀਤਾ, ਈਵਨ ਤੁਸੀਂ ਹੁਣ ਦੀਆਂ ਚੋਣਾਂ 'ਚ ਵੀ UK 'ਚ ਦੇਖੋਗੇ ਕਿ ਇੰਡੀਅਨ ਸਿਸਟਮ ਕਿਵੇਂ ਜਿਹੜਾ ਉਹ ਬਿਹਾਈਂਡ ਖਲੋਤਾ। ਈਵਨ ਜੇ ਇੱਥੇ ਜਗਮੀਤ ਸਿੰਘ ਔਰ ਦੂਸਰਿਆਂ ਨੂੰ ਹੈਰਾਨ ਲਈ ਪੂਰਾ ਇੰਡੀਅਨ ਐਮਬੈਸੀਜ਼ ਜਾਂ ਇਹਨਾਂ ਦੇ ਦੁਰਛਲਿਆਂ ਦਾ ਜ਼ੋਰ ਲੱਗਾ, ਉੱਥੇ ਵੀ ਤਨਮਨਜੀਤ ਸਿੰਘ ਢੇਸੀ ਔਰ ਪ੍ਰੀਤ ਕੌਰ ਗਿੱਲ ਉਹਨਾਂ ਨੂੰ ਡਿਫੀਟ ਕਰਨ ਲਈ, ਇਹਦੇ ਬਾਵਜੂਦ 9 ਸਿੱਖ MP ਉਹ 2 ਵੀ ਜਿੱਤੇ, ਤੀਸਰੀ ਵਾਰ ਜਿੱਤੇ ਨੇ। ਫਿਰ ਇਹਨਾਂ ਕਿਹਾ ਟਰਾਂਸਨੈਸ਼ਨਲ ਰਿਪਰੈਸ਼ਨ ਬਾਈ ਇੰਡੀਅਨ ਗੌਰਮੈਂਟ ਟਾਰਗੈਟਿੰਗ ਸਿੱਖ ਆਰਗੇਨਾਈਜੇਸ਼ਨ ਐਂਡ ਐਕਟੀਵਿਸਟ ਇਨ ਦਾ UK ਇਜ਼ ਨਥਿੰਗ ਨਿਊ ਐਂਡ ਹੈਜ਼ ਬੀਨ ਟੇਕਿੰਗ ਪਲੇਸ ਫਾਰ ਐਟਲੀਸਟ 40 ਈਅਰਸ ਸਿੰਸ 84 ਦਾ ਨੇਚਰ ਐਂਡ ਸਕੇਲ ਆਫ ਰਿਪਰੈਸ਼ਨ ਪਰਮਿਟਿਡ ਔਰ ਸਪੋਰਟਡ ਬਾਈ UK ਗੌਰਮੈਂਟ ਟੂ ਸਾਇਲੈਂਸ ਸਿੱਖ ਡਾਇਸੈਂਟ ਫਰੋਮ ਦਾ UK ਹੈਜ਼ ਬੀਨ ਰਿਲੈਂਟਲੈਸ ਬਟ ਹੈਜ਼ ਰਿਸੀਵਡ ਗ੍ਰੇਟਰ ਪਬਲਿਕ ਐਕਸਪੋਜਰ ਇਨ ਦਾ ਲਾਸਟ 12 ਮੰਥਸ ਵਿਦ ਦਾ ਅਸੈਸੀਨੇਸ਼ਨ ਐਂਡ ਪਲੋਟਸ ਟੂ ਕਿਲ ਸਿੱਖ ਐਕਟਿਵਿਸਟ ਇਨ US, UK ਐਂਡ ਕੈਨੇਡਾ। ਕਿ ਹੈ ਤਾਂ ਪਹਿਲਾਂ ਤੋਂ ਹੀ ਸੀ ਪਰ ਪਿਛਲੇ 1 ਸਾਲ 'ਚ ਹਾਈਲਾਈਟ ਹੋਇਆ। ਫਿਰ ਉਹਨਾਂ ਨੇ USF ਦੀ ਰਿਪੋਰਟ ਨੂੰ ਕੋਟ ਕੀਤਾ ਕਿ 2024 ਦੀ ਰਿਪੋਰਟ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਕਿਵੇਂ ਇੰਡੀਅਨ ਅਥਾਰਟੀਜ਼ ਆਰ ਇਨਕਰੀਜ਼ਿੰਗਲੀ ਇਨਗੇਜ ਇਨ ਐਕਟਸ ਆਫ ਟਰਾਂਸਨੈਸ਼ਨਲ ਰਿਪਰੈਸ਼ਨ ਟਾਰਗੈਟਿੰਗ ਰਿਲੀਜੀਅਸ ਮਾਈਨੋਰਟੀਜ਼ ਅਬਰੋਡ। ਫਿਰ ਉਹਨਾਂ ਨੇ 2023 ਦੀ US ਕਾਂਗਰਸ ਦੀ ਹੀਅਰਿੰਗ ਦਾ ਜ਼ਿਕਰ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਵੀ ਹੁਣ ਜਿੱਥੇ ਸਾਡੇ 9 ਭਰਾ ਜਿਹੜੇ ਨੇ ਭਰਾ ਅਤੇ ਭੈਣਾਂ ਬਣੇ ਨੇ MP, ਉੱਥੇ ਹੁਣ ਇਹ ਵਕਤ ਹੈ। ਪੋਲੀਟੀਸ਼ੀਅਨ ਦੁਨੀਆਂ ਦੇ ਹਰ ਥਾਂ ਪੋਲੀਟੀਸ਼ੀਅਨ ਹੀ ਹੁੰਦੇ ਨੇ, ਮੌਕਾ ਪ੍ਰਸਤ, ਝੂਠੇ, ਜਦੋਂ ਤੱਕ ਉਹਨਾਂ ਦੀ ਦਾ ਹਿੱਤ ਨਾਲ ਜੁੜਿਆ ਹੋਏ ਮੰਨ ਕੇ ਵੀ ਮੁਕਰਨ ਵਾਲੇ। ਸੋ ਹੁਣ ਹੈ ਕਿ ਵੀ ਡੰਡਾ ਲੈ ਕੇ ਇਹਨਾਂ ਦੇ ਸਿਰ 'ਤੇ ਖਰੋਣ ਦਾ, ਔਰ ਇਹਨਾਂ ਦੋਨਾਂ ਮੁੱਦਿਆਂ, ਜੱਗੀ ਜੌਹਲ ਦਾ ਮੁੱਦਾ ਉਹਦੀ ਰਿਲੀਜ਼ ਦੇ ਲਈ ਔਰ TNR ਦੇ ਵਿੱਚ ਬ੍ਰਿਟੇਨ ਦਾ ਕੀ ਰੋਲ ਹੈ। ਔਰ ਮੈਂ ਸਮਝਦਾ ਵੀ ਅਵਤਾਰ ਸਿੰਘ ਖੰਡੇ ਦਾ ਕੇਸ ਜਿਹਦੀ ਨਾ ਆਟੋਪਸੀ ਹੋਈ, ਨਾ ਉੱਥੋਂ ਉਹਨਾਂ ਦੀ ਮਾਂ ਔਰ ਭੈਣ ਨੂੰ ਵੀਜ਼ਾ ਦਿੱਤਾ, ਨਾ ਇੱਥੋਂ ਡੈੱਡ ਬੋਡੀ ਜਾਣ ਦਿੱਤੀ ਗਈ, ਔਰ ਇਹ ਰਿਸ਼ੀ ਸੁਨਕ ਦੇ ਪੀਰੀਅਡ ਦੇ ਵਿੱਚ ਇਹ ਵੱਡੇ ਸਕੈਂਡਲ ਨਿਕਲਣਗੇ। ਜੋ ਕੁਛ ਈਵਨ ਬੋਰਿਸ ਜੌਨਸਨ ਵੀ ਕਰਪਟ ਮੈਨ ਸੀ, ਉਹ ਬਿਲਕੁਲ ਸਮੋਸੇ ਖਾਣ ਵਾਲਾ ਹਿੰਦੁਸਤਾਨੀ ਜਿਹੜਾ ਉਸ ਕਿਸਮ ਦਾ ਉਸਦਾ ਵਰਤਾਰਾ, ਲੇਕਿਨ ਇਹ ਰਿਸ਼ੀ ਸੁਨਕ ਦੇ ਥੱਲੇ ਤਾਂ ਬਹੁਤ ਕੁਛ ਨਿਕਲੇਗਾ, ਕਰਪਸ਼ਨ ਦੇ ਵੀ ਔਰ ਦੂਜਾ ਵੀ। ਲੇਕਿਨ ਐਂਟਾਈ ਸਿੱਖ ਲਾਈਨ ਕੇ ਸਾਥ ਤੱਕ ਲਈ ਹੈ ਇਹਨਾਂ ਨੇ, ਇਸ ਦੇ ਉੱਤੇ ਜਿਹੜਾ ਇਹ ਜ਼ਰੂਰ ਹੁਣ ਦਬਾਅ ਬਣਾਉਣਾ ਚਾਹੀਦਾ ਨਵੀਂ ਗਵਰਨਮੈਂਟ ਦੇ ਉੱਤੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਬ੍ਰੇਕ ਵਿਊਅਰਸ, ਤੁਸੀਂ ਕਿਤਨੀ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਤ ਬਾਅਦ।